ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ। ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸਾਡੇ ਪੰਜਾਬੀਆਂ ਨੂੰ, ਔਰ ਪੰਜਾਬ ਦੇ ਨਾਲ ਲੱਗਦੇ ਕਾਫੀ ਇਲਾਕੇ ਵੀ ਜਿਹੜੇ ਪ੍ਰਭਾਵਿਤ ਹੋਏ ਹੈ, ਜਿਵੇਂ ਹਿਮਾਚਲ ਔਰ J&K ਵਗੈਰਾ, ਅਤੇ ਬਹੁਤ ਹੀ ਜ਼ਿਆਦਾ ਉੱਧਰ ਹਾਲਾਤ ਜਿਹੜੇ ਆ ਨਾਜ਼ੁਕ ਬਣੇ ਹੋਏ ਸੀ। ਹਾਲੇ ਵੀ ਪੰਜਾਬ ਦੇ ਜਿਹੜੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਇਲਾਕੇ ਹੈ, ਇੱਧਰ ਰਣਜੀਤ ਸਾਗਰ ਡੈਮ ਦਾ ਜਿਹੜਾ ਪਾਣੀ ਆ ਉਹ ਕਾਫੀ ਹੱਦ ਤੱਕ ਜਿਹੜਾ ਛੱਡਿਆ ਗਿਆ ਹੈ। ਔਰ ਕੱਲ੍ਹ ਜਿਹੜਾ ਖਬਰਾਂ ਦੇ ਵਿੱਚ ਦੱਸ ਰਹੇ ਸੀ ਕਿ ਉੱਧਰ ਜਿਹੜੇ ਆ ਹੜ੍ਹ ਦੇ ਨਾਲ ਜਿਹੜਾ ਆ ਹੜ੍ਹ ਦੇ ਨਾਲ ਇਲਾਕੇ ਜਿਹੜੇ ਪ੍ਰਭਾਵਿਤ ਹੋਣ ਵਾਲੇ ਹੈ, ਅਤੇ ਸਾਰੇ ਜਣੇ ਆਓ ਮਿਲ ਕੇ ਅਰਦਾਸ ਕਰਨੇ ਆ ਕਿ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਣ, ਉਹਨਾਂ ਦੇ ਘਰ ਅਤੇ ਉਹਨਾਂ ਦੇ ਪਰਿਵਾਰ ਜਿਹੜੇ ਆ ਠੀਕ ਠਾਕ ਹੋਣ। ਅਤੇ ਅੱਜ ਅਸੀਂ ਬਣਾਵਾਂਗੇ ਸਾਵਣ ਸਪੈਸ਼ਲ ਮਿੱਠੇ ਗੁੜ ਵਾਲੇ ਪੂੜੇ ਅਤੇ ਨਾਲ ਹੀ ਨਮਕੀਨ ਪੂੜੇ। ਜਿਹੜੇ ਮਿੱਠੇ ਨਹੀਂ ਖਾਂਦੇ ਉਹਨਾਂ ਲਈ ਸਪੈਸ਼ਲ ਆਪਾਂ ਨਮਕੀਨ ਪੂੜੇ ਬਣਾ ਕੇ ਤਿਆਰ ਕਰਨੇ ਆ। ਅਤੇ ਜੇਕਰ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਅਤੇ ਚਲੀਏ ਦੇਖਦੇ ਹਾਂ ਆਪਾਂ ਕਿਵੇਂ ਬਣਾ ਕੇ ਇਹ ਤਿਆਰ ਕਰਨੇ ਆ। ਮਿੱਠੇ ਗੁੜ ਵਾਲੇ ਪੂੜੇ ਬਣਾਉਣ ਦੇ ਲਈ ਇੱਥੇ ਮੈਂ ਇੱਕ ਕਟੋਰੀ ਭਰ ਕੇ ਗੁੜ ਲਿਆ ਹੈ। ਗੁੜ ਨੂੰ ਮੈਂ ਤੋੜ ਕੇ ਟੁਕੜਿਆਂ ਦੇ ਵਿੱਚ ਕਰ ਲਿਆ ਅਤੇ ਇਹਨੂੰ ਮੈਂ ਪਾ ਰਹੀ ਹਾਂ ਇੱਕ ਵੱਡੇ ਬਾਊਲ ਦੇ ਵਿੱਚ। ਤੁਸੀਂ ਨਾਪ ਕੇ ਸਾਰੀਆਂ ਚੀਜ਼ਾਂ ਲੈਣੀਆਂ, ਇੱਕ ਬਰਤਨ, ਇੱਕ ਕੌਲੀ ਜਾਂ ਗਲਾਸ, ਕੋਈ ਵੀ ਤੁਸੀਂ ਘਰ ਦਾ ਨਾਪ ਕੇ ਲੈ ਲੈਣਾ, ਜਿਹਦੇ ਨਾਲ ਤੁਸੀਂ ਸਾਰਾ ਨਾਪ ਜਿਹੜਾ ਪਾਉਣਾ। ਹੁਣ ਮੈਂ ਇਹਦੇ ਵਿੱਚ ਪਾ ਦਿੱਤਾ ਪਾਣੀ। ਪਾਣੀ ਜਿਹੜਾ ਮੈਂ ਨਾਪ ਕੇ ਨਹੀਂ ਪਾਇਆ, ਸਿਰਫ ਗੁੜ ਪਾਇਆ ਨਾਪ ਕੇ। ਗਰਮ ਪਾਣੀ ਪਾਇਆ, 15 ਮਿੰਟ ਲਈ ਇਹਨੂੰ ਛੱਡ ਦਿੰਦੇ ਹਾਂ ਤਾਂ ਕਿ ਇਹ ਚੰਗੀ ਤਰ੍ਹਾਂ ਦੇ ਨਾਲ ਗਲ ਜਾਵੇ। ਗਰਮ ਪਾਣੀ ਪਾਉਣ ਦੇ ਨਾਲ ਗੁੜ ਜਿਹੜਾ ਬਹੁਤ ਹੀ ਜਲਦੀ ਗਲ ਜਾਂਦਾ ਹੈ, ਬਹੁਤ ਹੀ ਜਲਦੀ ਘੁਲ ਜਾਂਦਾ ਹੈ। ਜੇਕਰ ਤੁਹਾਡੇ ਕੋਲ ਟਾਈਮ ਘੱਟ ਹੈ ਤਾਂ ਤੁਸੀਂ ਇਹ ਤਰੀਕਾ ਅਪਣਾ ਸਕਦੇ ਹੋ, ਜਾਂ ਫਿਰ ਇਹਨੂੰ 3-4 ਘੰਟੇ ਭਿਉਂ ਕੇ ਰੱਖ ਸਕਦੇ ਹੋ। ਗੁੜ ਜਿਹੜਾ ਵਧੀਆ ਤਰੀਕੇ ਦੇ ਨਾਲ ਗਲ ਗਿਆ, ਘੁਲ ਗਿਆ, ਇਹਨੂੰ ਮੈਂ ਹੱਥਾਂ ਦੇ ਨਾਲ ਮੈਸ਼ ਕਰਕੇ ਘੋਲ ਲਿਆ ਚੰਗੀ ਤਰ੍ਹਾਂ ਦੇ ਨਾਲ। ਹੁਣ ਆਪਾਂ ਜਿਹੜਾ ਗੁੜ ਵਾਲਾ ਪਾਣੀ ਹੈ ਇਹਨੂੰ ਛਾਣ ਲੈਣਾ। ਇਹਨੂੰ ਛਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਕਿਉਂਕਿ ਗੁੜ ਦੇ ਵਿੱਚ ਕੰਕਰ, ਪੱਥਰ ਵਗੈਰਾ, ਗੰਦਗੀ ਵਗੈਰਾ ਹੁੰਦੀ ਹੈ। ਇਸ ਕਾਰਨ ਗੁੜ ਵਾਲਾ ਪਾਣੀ ਜਿਹੜਾ ਇਹਨੂੰ ਆਪਾਂ ਛਾਣ ਲੈਣਾ। ਗੁੜ ਵਾਲਾ ਪਾਣੀ ਮੈਂ ਛਾਣ ਲਿਆ, ਇਹਨੂੰ ਆਪਾਂ ਇੱਕ ਸਾਈਡ 'ਤੇ ਰੱਖਣਾ ਹੈ। ਅਤੇ ਹੁਣ ਆਪਾਂ ਇੱਕ ਬੋਲ ਦੇ ਵਿੱਚ ਪਾਉਣਾ ਆਟਾ। ਜਿਹੜੇ ਬੋਲ ਦੇ ਨਾਲ ਮੈਂ ਗੁੜ ਲਿਆ ਸੀ, ਇਸੇ ਬੋਲ ਦੇ ਨਾਲ ਮੈਂ ਲੈ ਰਹੀ ਹਾਂ 2 ਬੋਲ ਭਰ ਕੇ ਆਟਾ। ਜੇਕਰ ਤੁਸੀਂ ਘੱਟ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਫਿਰ ਤੁਸੀਂ ਆਟਾ ਜਿਹੜਾ 3 ਬੋਲ ਵੀ ਕਰ ਸਕਦੇ ਹੋ, ਪਰ 3 ਜਿਹੜਾ ਗੁੜ ਹੈ ਇਹ ਤੁਸੀਂ ਜ਼ਿਆਦਾ ਨਾ ਪਾਇਓ। ਗੁੜ ਦੀ ਕੁਆਂਟਿਟੀ ਪਰਫੈਕਟ ਹੈ। ਹੁਣ ਆਪਾਂ ਗੁੜ ਵਾਲਾ ਪਾਣੀ ਜਿਹੜਾ ਹੈ ਇਹ ਪਾ ਕੇ, ਥੋੜ੍ਹਾ ਥੋੜ੍ਹਾ ਪਹਿਲੇ ਪਾਣੀ ਪਾਉਣਾ ਹੈ, ਪਾ ਕੇ ਇਹਨੂੰ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਆਟਾ ਜਿਹੜਾ ਮਿਕਸ ਕਰ ਲੈਣਾ। ਪਾਣੀ ਦੀ ਕੁਆਂਟਿਟੀ ਮੈਂ ਇਸ ਕਾਰਨ ਇਹਦੇ ਵਿੱਚ ਨਾਪ ਕਰਕੇ ਨਹੀਂ ਰੱਖੀ ਹੈ, ਕਿਉਂਕਿ ਕਈ ਵਾਰ ਆਟੇ ਜਿਹੜਾ ਉਹ ਕਈ ਆਟੇ ਮੋਟੇ ਹੁੰਦੇ ਆ, ਤਾਂ ਕਈ ਜ਼ਿਆਦਾ ਆਟੇ ਜਿਹੜੇ ਉਹ ਪਤਲੇ ਹੁੰਦੇ ਆ, ਬਰੀਕ ਹੁੰਦੇ ਆ ਇਕਦਮ ਪਿਸੇ ਹੋਏ। ਅਤੇ ਪਾਣੀ ਜਿਹੜਾ ਹੈ ਉਹ ਕੁਆਂਟਿਟੀ ਉਸ ਹਿਸਾਬ ਨਾਲ ਫਿਰ ਜਿਹੜੀ ਹੈ ਲੱਗਦੀ ਹੈ। ਮੋਟਾ ਜਿਹੜਾ ਆਟਾ ਹੁੰਦਾ ਇਹਦੇ ਵਿੱਚ ਪਾਣੀ ਜ਼ਿਆਦਾ ਲੱਗਦਾ, ਜਿਹੜਾ ਬਰੀਕ ਆਟਾ ਹੁੰਦਾ ਪਿਸੇ ਹੋਇਆ ਉਹਦੇ ਵਿੱਚ ਪਾਣੀ ਘੱਟ ਲੱਗਦਾ। ਇਸ ਕਾਰਨ ਪਾਣੀ ਦਾ ਨਾਪ ਜਿਹੜਾ ਮੈਂ ਤੁਹਾਨੂੰ ਨਹੀਂ ਦੱਸ ਰਹੀ ਹਾਂ, ਤੁਸੀਂ ਅੰਦਾਜ਼ੇ ਨਾਲ ਐਡਜਸਟ ਕਰ ਲੈਣਾ ਪਾਣੀ। ਹੁਣ ਇੱਥੇ ਮੈਂ ਸਾਰਾ ਗੁੜ ਵਾਲਾ ਪਾਣੀ ਪਾ ਲਿਆ, ਹੁਣ ਐਕਸਟਰਾ ਪਾਣੀ ਹੋਰ ਆਪਾਂ ਇਹਦੇ ਵਿੱਚ ਪਾਉਣਾ ਹੈ। ਔਰ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਹੀ ਇੱਕ ਪਤਲਾ ਜਿਹਾ ਬੈਟਰ ਬਣਾ ਕੇ ਆਪਾਂ ਤਿਆਰ ਕਰਨਾ। ਲਾਸਟ ਵਿੱਚ ਮੈਂ ਤੁਹਾਨੂੰ ਦੱਸਾਂਗੀ ਇਹਦੀ ਥਿਕਨੈਸ ਕਿੰਨੀ ਹੋਣੀ ਚਾਹੀਦੀ ਹੈ। ਤੁਸੀਂ ਦੇਖ ਸਕਦੇ ਹੋ ਮੈਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ, ਇਹਦੇ ਵਿੱਚ ਗੰਢ ਵਗੈਰਾ ਕੋਈ ਵੀ ਨਹੀਂ ਹੋਣੀ ਚਾਹੀਦੀ, ਅਤੇ ਹਾਲੇ ਵੀ ਬੈਟਰ ਜਿਹੜਾ ਗਾੜਾ ਹੈ। ਇਹਦੇ ਵਿੱਚ ਫਿਰ ਤੋਂ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਬੈਟਰ ਜਿਹੜਾ ਪਤਲਾ ਕਰ ਲਵਾਂਗੇ। ਜਿਹੜੇ ਪੂੜੇ ਬਣਾਉਣ ਵਾਲਾ ਬੈਟਰ ਹੁੰਦਾ ਥੋੜ੍ਹਾ ਪਤਲਾ ਹੀ ਹੁੰਦਾ, ਗਾੜਾ ਬੈਟਰ ਨਹੀਂ ਹੁੰਦਾ। ਜੇਕਰ ਗਾੜਾ ਬੈਟਰ ਹੋਏਗਾ ਤਾਂ ਫਿਰ ਪੂੜੇ ਜਿਹੜੇ ਮੋਟੇ ਮੋਟੇ ਬਣ ਕੇ ਤਿਆਰ ਹੁੰਦੇ ਆ, ਔਰ ਅੰਦਰੋਂ ਜਿਹੜੇ ਕੱਚੇ ਰਹਿ ਜਾਂਦੇ ਆ। ਇਸ ਕਾਰਨ ਬੈਟਰ ਜਿਹੜਾ ਪਤਲਾ ਹੋਏਗਾ ਅਤੇ ਪੂੜੇ ਜਿਹੜੇ ਪਤਲੇ ਪਤਲੇ ਬਣ ਕੇ ਤਿਆਰ ਹੋਣਗੇ, ਵਧੀਆ ਬਣ ਕੇ ਤਿਆਰ ਹੋਣਗੇ। ਅਤੇ ਤੁਹਾਨੂੰ ਮੈਂ ਥਿਕਨੈਸ ਇਹਦੀ ਜਿਹੜੀ ਉਹ ਦਿਖਾ ਦਿੰਦੀ ਹਾਂ ਕਿੰਨੀ ਹੋਣੀ ਚਾਹੀਦੀ ਹੈ। ਚੰਗੀ ਤਰ੍ਹਾਂ ਦੇ ਨਾਲ ਇਹਨੂੰ ਮਿਕਸ ਕਰਨਾ, ਤੁਸੀਂ ਦੇਖ ਸਕਦੇ ਹੋ ਇਹਨੂੰ ਮੈਂ ਮਿਕਸ ਕਰ ਲਿਆ। ਮੈਂ ਚਮਚ ਦੇ ਨਾਲ ਤੁਹਾਨੂੰ ਇਹਦੀ ਥਿਕਨੈਸ ਦਿਖਾਉਂਦੀ ਹਾਂ। ਇਹਦੇ ਵਿੱਚ ਮੈਂ 1/4 ਚਮਚ ਜਿਹੜੀ ਹੈ ਸੌਂਫ ਪਾ ਰਹੀ ਹਾਂ। ਸੌਂਫ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ। ਜਦੋਂ ਵੀ ਗੁੜ ਵਾਲੀ ਕੋਈ ਚੀਜ਼ ਬਣਾਈ ਜਾਂਦੀ ਹੈ ਉਹਦੇ ਵਿੱਚ ਸੌਂਫ ਥੋੜ੍ਹੀ ਜਿਹੀ ਪਾ ਲਈ ਜਾਏ ਤਾਂ ਉਹਦਾ ਟੇਸਟ ਜਿਹੜਾ ਹੋਰ ਵੀ ਜ਼ਿਆਦਾ ਵੱਧ ਜਾਂਦਾ। ਅਤੇ ਬਸ ਸੌਂਫ ਪਾ ਕੇ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਕਰ ਲਿਆ ਇਹਨੂੰ ਮਿਕਸ। ਅਤੇ ਹੁਣ ਮੈਂ ਚਮਚ ਦੇ ਨਾਲ ਤੁਹਾਨੂੰ ਦਿਖਾਉਂਦੀ ਹਾਂ ਇਹਦੀ ਥਿਕਨੈਸ। ਤੁਸੀਂ ਦੇਖ ਸਕਦੇ ਹੋ ਇਹਦੀ ਥਿਕਨੈਸ ਕੁਛ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਹ ਸਾਡਾ ਬੈਟਰ ਜਿਹੜਾ ਬਣ ਕੇ ਤਿਆਰ ਹੋ ਗਿਆ। ਇਹ ਬੈਟਰ ਆਪਾਂ ਰੱਖਣਾ ਹੁਣ ਇੱਕ ਸਾਈਡ 'ਤੇ, ਅਤੇ ਹੁਣ ਆਪਾਂ ਲੂਣ ਵਾਲਾ ਬੈਟਰ ਜਿਹੜਾ ਬਣਾ ਕੇ ਤਿਆਰ ਕਰਨਾ। ਕਈ ਜਿਹੜੇ ਆ ਮਿੱਠੇ ਵਾਲੇ ਪੂੜੇ ਖਾਣਾ ਪਸੰਦ ਨਹੀਂ ਕਰਦੇ, ਇਸ ਕਾਰਨ ਮੈਂ ਲੂਣ ਵਾਲੇ ਬੈਟਰ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਵੀ ਲੂਣ ਵਾਲੇ ਪੂੜੇ ਕਿਵੇਂ ਬਣਾਉਣੇ ਆ। 1 ਬਾਊਲ ਇੱਥੇ ਵੀ ਮੈਂ ਆਟਾ ਲਿਆ, ਇਹਦੇ ਵਿੱਚ 1/4 ਚਮਚ ਨਮਕ, 1/4 ਚਮਚ ਹਲਦੀ ਪਾਊਡਰ, ਔਰ ਥੋੜ੍ਹਾ ਜਿਹਾ ਮੈਂ ਇੱਥੇ ਪਾ ਰਹੀ ਹਾਂ ਇਹਦੇ ਵਿੱਚ ਜੀਰਾ। ਬਸ ਇਹਦੇ ਵਿੱਚ ਵੀ ਪਾਣੀ ਪਾ ਕੇ ਆਪਾਂ ਗਾੜਾ ਜਿਹਾ ਇਹਦਾ ਵੀ ਪਹਿਲੇ ਘੋਲ ਬਣਾ ਕੇ ਤਿਆਰ ਕਰਨਾ, ਫਿਰ ਆਪਾਂ ਉਸ ਤੋਂ ਬਾਅਦ ਜਿਹੜਾ ਘੋਲ ਹੈ ਪਤਲਾ ਕਰਨਾ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਹੀ ਇਹ ਵੀ ਘੋਲ ਆਪਾਂ ਉਸੇ ਤਰੀਕੇ ਦਾ ਬਣਾ ਕੇ ਤਿਆਰ ਕਰਨਾ ਜਿਵੇਂ ਆਪਾਂ ਗੁੜ ਵਾਲਾ ਬਣਾ ਕੇ ਤਿਆਰ ਕੀਤਾ। ਥਿਕਨੈਸ ਇਹਦੀ ਵੀ ਉੱਦਾਂ ਹੀ ਹੋਣੀ ਚਾਹੀਦੀ ਹੈ ਜਿੱਦਾਂ ਗੁੜ ਵਾਲੇ ਬੈਟਰ ਦੀ ਬਣਾ ਕੇ ਤਿਆਰ ਕੀਤੀ ਆਪਾਂ।
बैटर जिहड़ा पतला हो जाएगा। और गंढ तो बिल्कुल भी इहदे विच कोई नहीं होनी चाहिए दोनों बैटर दे विच, ना ही गुड़ वाले बैटर दे विच और ना ही लूण वाले बैटर दे विच। ये बैटर भी आपां बना के तैयार कर लिया, तुसीं देख सकते हो एकदम पतला बैटर इहदा भी बना के आपां तैयार किया। दोनों बैटर साढ़े तैयार है, ये वाला बैटर आपां बाद विच बनावांगे, इहनू आपां एक साइड ते कर लैंदे हां। और चलदे हां गैस वल। गैस उत्ते मैं रखे तवा, मैं नॉनस्टिक तवे दे उत्ते जिहड़े पूड़े हैं बना के तैयार कर रही हाँ। इहदे उत्ते मैं ब्रश दे नाल सरों दा तेल जिहड़ा ला रही हाँ, क्योंकि जिहड़े पूड़े हुंदे आ इह ट्रेडिशनली तौर ते सरों दे तेल दे नाल ही बनाए जांदे आ। सरों का तेल मैं ग्रीस किया, हूँ आप कड़छी के नाल बैटर पाना। मैं गुड़ वाले पूड़े जिहड़े पहले बना रही हाँ, इस कारण डेढ़ कड़छी बैटर जिहड़ा इहदे उत्ते मैं पा दिता है। तो हुण इहनू आपां कुछ इस तरह फैलाना जिद्दां आपां डोसा बनाने आ, तो फैलाने बैटर हल्के हाथ नाल इहनू फैलाना। जेकर आपां थोड़ा दबा के फैलावांगे तो फिर बैटर जिहड़ा है पूड़ा साडा जिहड़ा है टुट जाएगा। हुण आपां इहनू 2 मिनट लई सिकन देना, गैस की फ्लेम जिहड़ी है हाई रखनी है। तुसीं देख सकते हो किन्ना ज़्यादा पतला है पूड़ा बन के तैयार होया, बहुत ही पतले पतले और सॉफ्ट पूड़े बन के इस तरीके दे नाल तैयार होंदे आ। बस बैटर दी जिहड़ी कंसिस्टेंसी है वह जिहड़ी वह परफेक्ट होनी चाहिए है। बस ये पूड़ा साडा जिहड़ा है ये उपरों तुसीं देख सकते हो सुक गया पूरी तरह दे नाल। इहनू आपां उल्टा दिंदे आ साइड तो, देखो तुसीं किन्ना वधिया पक के तैयार होया, कलर किन्ना वधिया आया पूड़े दा। तो बस इहनू आपां उल्टांदे पुलटांदे जिहड़ा सेक लैणा। इस तरीके दे नाल जदों आपां पूड़ा बनाने आ तो अंदरों बिल्कुल भी कच्चा नहीं रहिंदा है, अंदर तक पक्या होया हुंदा है और खाण दे विच बहुत ही ज़्यादा टेस्टी बन के तैयार हुंदा है। सावन दा महीना चल रहा है तो तुसीं एक बार इस तरीके दे नाल जरूर बना के देखियो, ये पूड़े बहुत ही वधिया लगदे आ खीर दे नाल खाण दे विच। इहनू आपां उल्टांदे पुलटांदे सेक लिया, तुसीं देख सकते हो किन्ना वधिया कलर आया दोनों साइडां ते इहदा। तो हुण इहनू आपां उतार लैणा और सेम इसे तरीके दे नाल सारे पूड़े जिहड़े आ बना के तैयार कर लैणे आ। फिर तो आपां तवे दे उत्ते तेल लगाना, तेल लगा के इहनू आपां ग्रीस कर लेना। तेल जिहड़ा है थोड़ा थोड़ा ही लगाना, आपां ज़्यादा तेल इहदे उत्ते नहीं लगाना। जेकर आपां ब्रश नाल लगाने आ तो फिर थोड़ा थोड़ा तेल ही जिहड़ा है तवे दे उत्ते लगता है, ज़्यादा तेल नहीं लगता। फिर तो आपां बैटर पा देना, बैटर नूं हल्के हाथ दे नाल फैला देना। बैटर दे विच जिहड़ी जाली बन रही है, पूड़े दे विच जिहड़ी जाली बन रही है, तुहानूं दिखण तों पता चल रिहा वी इस तरीके दे नाल पूड़ा किन्ना वधिया बन के तैयार होया होएगा। तुसीं एक बार जरूर इस तरीके दे नाल बनाओ। इहनूं भी आपां फिर तो जिद्दां उपरों सुक जाएगा बस उस तरह इहनूं पुलटा लैणा, पुलटा के फिर तो इहनूं आपां चंगी तरह दे नाल सेक लैणा। इह जिहड़ी चित्री बनी हुई है पूड़े दे उत्ते, इह निशानी है कि पूड़ा साडा बहुत ही वधिया बन के तैयार होया। दोनों साइड तो इहनूं आपां सेक लिया, इह भी साडा पूड़ा बन के तैयार है। मिठे वाले पूड़े आपां इसे तरीके दे नाल पहले बना के तैयार कर लैणे आ। हुण आपां बनाउंदे आ नमकीन वाला पूड़ा। नमकीन वाले पूड़े दे लई सेम उसा ਉਹੀ ਤਵਾ ਲਿਆ ਮੈਂ, ਉਹਦੇ ਉੱਤੇ ਸੇਮ ਉਸੇ ਤਰੀਕੇ ਦੇ ਨਾਲ ਆਪਾਂ ਤੇਲ ਲਗਾ ਲੈਣਾ ਜਿੱਦਾਂ ਆਪਾਂ ਪਹਿਲੇ ਲਗਾਇਆ ਸੀ। ਸਰੋਂ ਦਾ ਤੇਲ ਹੀ ਇੱਥੇ ਵੀ ਮੈਂ ਯੂਜ਼ ਕਰ ਰਹੀ ਹਾਂ। ਹੁਣ ਆਪਾਂ ਨਮਕੀਨ ਵਾਲਾ ਬੈਟਰ ਜਿਹੜਾ ਇਹਦੇ ਉੱਤੇ ਪਾਉਣਾ। ਡੇਢ ਕੜਛੀ ਮੈਂ ਇੱਥੇ ਬੈਟਰ ਪਾ ਰਹੀ ਹਾਂ, ਇਹਨੂੰ ਆਪਾਂ ਹਲਕੇ ਹੱਥ ਦੇ ਨਾਲ ਫੈਲਾ ਦੇਣਾ। ਫੈਲਾਉਣ ਤੋਂ ਬਾਅਦ ਇਹਨੂੰ ਆਪਾਂ 2 ਮਿੰਟ ਲਈ ਇੱਦਾਂ ਹੀ ਛੱਡ ਦੇਣਾ। ਗੈਸ ਦੀ ਫਲੇਮ ਮੈਂ ਹਾਈ ਕੀਤੀ ਹੋਈ ਹੈ ਸਾਰੇ ਪੂੜੇ ਬਣਾਉਣ ਦੇ ਲਈ। ਅਤੇ ਬਸ ਇਹ ਦੇਖੋ ਤੁਸੀਂ, ਇਹ ਵੀ ਉੱਪਰੋਂ ਬਹੁਤ ਵਧੀਆ ਤਰੀਕੇ ਦੇ ਨਾਲ ਸੁੱਕ ਗਿਆ। ਇਹਨੂੰ ਵੀ ਆਪਾਂ ਉਲਟਾ ਲੈਂਦੇ ਹਾਂ, ਉਲਟਾ ਪੁਲਟਾ ਕੇ ਇਹਨੂੰ ਵੀ ਆਪਾਂ ਸੇਕ ਕੇ ਉਤਾਰ ਲੈਣਾ ਔਰ ਸਾਰੇ ਪੂੜੇ ਇਸੇ ਤਰੀਕੇ ਦੇ ਨਾਲ ਇਹ ਵੀ ਬਣਾ ਕੇ ਤਿਆਰ ਕਰ ਲੈਣੇ। ਸਾਰੇ ਪੂੜੇ ਮੈਂ ਇਸੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਲਿਆ। ਮਿੱਠੇ ਪੂੜੇ ਜਿਹੜੇ ਆ ਮੈਂ ਖੀਰ ਦੇ ਨਾਲ ਸਰਵ ਕੀਤੇ ਆ। ਤੁਸੀਂ ਦੇਖ ਸਕਦੇ ਹੋ ਕਿੰਨੇ ਸੌਫਟ ਪੂੜੇ ਬਣ ਕੇ ਸਾਡੇ ਤਿਆਰ ਹੋਏ ਆ। ਖੀਰ ਦੀ ਰੈਸਪੀ ਮੈਂ ਪਿਛਲੇ ਦਿਨੋਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਤੁਸੀਂ ਮੇਰੇ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ। ਖੀਰ ਦੇ ਨਾਲ ਇਹ ਪੂੜੇ ਮਿੱਠੇ ਵਾਲੇ ਬਹੁਤ ਹੀ ਵਧੀਆ ਲੱਗਦੇ ਆ। ਨਮਕੀਨ ਪੂੜੇ ਵੀ ਸਾਡੇ ਬਣ ਕੇ ਤਿਆਰ ਹੈ, ਇਹਨੂੰ ਵੀ ਮੈਂ ਖੀਰ ਅਤੇ ਅੰਬ ਦੇ ਚਾਰ ਦੇ ਨਾਲ ਸਰਵ ਕੀਤਾ ਹੈ। ਅੰਬ ਦੇ ਚਾਰ ਅਤੇ ਖੀਰ ਦੀ ਰੈਸਪੀ ਤੁਸੀਂ ਜਾ ਕੇ ਦੇਖ ਸਕਦੇ ਹੋ ਚੈਨਲ ਦੇ ਉੱਤੇ। ਇਹ ਪੂੜੇ ਵੀ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਏ ਹੈ। ਦੋਨਾਂ ਵਿੱਚੋਂ ਕਿਹੜੇ ਪੂੜੇ ਚੰਗੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਅਗਲੀ ਰੈਸਪੀ ਲੈ ਕੇ। ਸਤਿ ਸ਼੍ਰੀ ਅਕਾਲ ਜੀ।